ਕਿਹੜੇ ਵਿਰੋਧੀ ਕਿਹੜੇ ਵਿਰੋਧੀ ਜਿਹੜੇ ਖੁਦ ਦਾਗਦਾਰ ਆ ਉਹ ਲੋਕ ਜਿਹੜੇ ਆਪ ਇਸ ਦਲਦਲ ਦੇ ਵਿੱਚ ਬੜੇ ਹੋਏ ਆ ਜਿਹੜੇ ਆਪਣੇ ਮੰਤਰੀ ਹੁੰਦਿਆਂ ਬੀਬੀਆਂ ਦਾ ਰੇਪ ਤੇ ਸ਼ੋਸ਼ਣ ਕਰਦੇ ਰਹੇ ਜਿਨ੍ਹਾਂ ਦੇ ਕੇਸ ਹਜੇ ਤੱਕ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ ਉਹ ਲੋਕ ਮੈਨੂੰ ਕਹਿਣ ਮੈਨੂੰ ਇੱਟ ਦਾ ਜਵਾਬ ਪੱਥਰ 'ਚ ਦੇਣਾ ਆਉਂਦਾ ਮੈਨੂੰ ਮੇਰੇ ਉੱਤੇ ਲਾਏ ਗਏ ਝੂਠੇ ਐਲੀਗੇਸ਼ਨ ਆਹ ਦਫ਼ਤਰ ਜਿਹਦੇ ਵਿੱਚ ਤੁਸੀਂ ਸੈਂਕੜੇ ਵਾਰ ਆਏ ਹੋ ਜਿੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਲੋਕਾਂ ਦਾ ਤੰਤਾ ਲੱਗਿਆ ਰਹਿੰਦਾ ਇਸ ਦਫ਼ਤਰ ਨੂੰ ਬੱਦੂ ਤੇ ਬਦਨਾਮ ਕਰਨ ਵਾਸਤੇ ਮੈਨੂੰ ਇੱਟ ਦਾ ਜਵਾਬ ਦੋਸਤਾ ਪੱਥਰ 'ਚ ਦੇਣਾ ਆਉਂਦਾ ਤੇ ਤੁਸੀਂ ਥੋੜ੍ਹੇ ਦਿਨ ਰੁਕ ਜਾਓ ਇੱਟ ਦਾ ਜਵਾਬ ਪੱਥਰ 'ਚ ਦਿੱਤਾ ਜਾਊਗਾ ਇਹ ਲੋਕ ਜਿਹੜੇ ਮੇਰੇ 'ਤੇ ਦੋਸ਼ਣ ਲਾਉਣ ਲਈ ਬੀਬੀਆਂ ਦਾ ਸਹਾਰਾ ਲੈ ਰਹੇ ਆ ਉਹ ਬੀਬੀਆਂ ਤੁਹਾਡੇ ਕੈਮਰੇ 'ਤੇ ਆ ਕੇ ਨਾ ਸੱਚਾਈ ਬਿਆਨ ਕਰਨ ਮੈਨੂੰ ਨੀਵੀਂ ਜਗ੍ਹਾ ਬਿਠਾ ਦਿਓ ਪਿਛਲੇ ਕਾਫੀ ਸਮੇਂ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਇਲਜ਼ਾਮਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਪਰ ਹੁਣ ਸਿਮਰਜੀਤ ਬੈਂਸ ਖੁੱਲ ਕੇ ਮੀਡੀਆ ਦੇ ਸਾਹਮਣੇ ਆਏ ਨੇ ਦੱਸਦੀ ਕਿ ਇੱਕ ਔਰਤ ਵੱਲੋਂ ਬੈਂਸ ਤੇ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ ਜਿਸ ਦੇ ਬਾਰੇ ਬੈਂਸ ਨੇ ਉਹਨਾਂ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਹੈ ਜਿਨ੍ਹਾਂ ਵੱਲੋਂ ਬੈਂਸ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਬੈਂਸ ਨੇ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਵੋ FIR ਹੋਣ ਤੋਂ ਬਾਅਦ ਲਗਾਤਾਰ ਵਿਰੋਧੀ ਤੁਹਾਡੇ ਤੇ ਲਗਾ ਗ੍ਰਿਫਤਾਰੀ ਦੀ ਮੰਗ ਕਿਹੜੇ ਵਿਰੋਧੀ ਜਿਹੜੇ ਖੁਦ ਦਾਗਦਾਰ ਆ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਮੈਂ ਤੁਹਾਡੇ ਸਾਹਮਣੇ ਇੱਕ ਦਿਨ ਮੇਰਾ ਖਿਆਲ ਘੰਟਾ ਸਵਾ ਘੰਟਾ ਪੂਰੇ ਡਿਸਟ੍ਰਿਕਟ ਦੀ ਪ੍ਰੈਸ ਸੱਦ ਕੇ ਇਕੱਲੀ ਇਕੱਲੀ ਗੱਲ ਦੇ ਖੁਲਾਸੇ ਕਰ ਦਿੱਤੇ ਔਰ ਮੈਂ ਤੁਹਾਨੂੰ ਇਹ ਵੀ ਇੱਕ ਥਾਪੜ ਕੇ ਕਿਹਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਊਗਾ ਸੱਚ ਅਤੇ ਝੂਠ ਦੀ ਲੜਾਈ ਹੈ ਜਿੱਤ ਸੱਚਾਈ ਦੀ ਹੋਣੀ ਆ ਉਹ ਲੋਕ ਜਿਹੜੇ ਆਪ ਇਸ ਦਲਦਲ ਦੇ ਵਿੱਚ ਬੜੇ ਹੋਏ ਆ ਜਿਹੜੇ ਆਪਣੇ ਮੰਤਰੀ ਹੁੰਦਿਆਂ ਬੀਬੀਆਂ ਦਾ ਰੇਪ ਅਤੇ ਸ਼ੋਸ਼ਣ ਕਰਦੇ ਰਹੇ ਆ ਜਿਨ੍ਹਾਂ ਦੇ ਕੇਸ ਹਜੇ ਤੱਕ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ ਉਹ ਲੋਕ ਮੈਨੂੰ ਕਹਿਣ ਸੋ ਜੇ ਇੱਦਾਂ ਦੇ ਲੋਕਾਂ ਦੇ ਆਖੇ ਲੱਗ ਕੇ ਤੰਤਰ ਕੰਮ ਕਰਨ ਲੱਗ ਜਾਵੇ ਫਿਰ ਤਾਂ ਸਾਰਾ ਤਾਣਾ ਬਾਣਾ ਤਹਿਸ ਨਹਿਸ ਆ ਸੋ ਮੈਨੂੰ ਪੂਰਨ ਯਕੀਨ ਆ ਕਿ ਸੱਚਾਈ ਦੀ ਜਿੱਤ ਹੋਣੀ ਆ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਦੋਸਤ ਹੋਏਗਾ ਇਹ ਹੋਊਗਾ ਹੁਣ ਮੈਂ ਜੱਜ ਤਾਂ ਹੈ ਨਹੀਂ ਇਹ ਮਾਨਯੋਗ ਅਦਾਲਤ 'ਚ ਬੈਠ ਮੇਰੀ ਬੇਨਤੀ ਸੁਣ ਲਓ ਇਹ ਅਦਾਲਤ 'ਚ ਬੈਠੇ ਮਾਨਯੋਗ ਜੱਜ ਨੇ ਕਰਨਾ ਅਤੇ ਦੂਸਰਾ ਨੰਬਰ ਮੈਨੂੰ ਇੱਟ ਦਾ ਜਵਾਬ ਪੱਥਰ 'ਚ ਦੇਣਾ ਆਉਂਦਾ ਮੈਨੂੰ ਮੇਰੇ ਉੱਤੇ ਲਾਏ ਗਏ ਝੂਠੇ ਐਲੀਗੇਸ਼ਨਸ ਆਹ ਦਫ਼ਤਰ ਜਿਹਦੇ ਵਿੱਚ ਤੁਸੀਂ ਸੈਂਕੜੇ ਵਾਰ ਆਏ ਹੋ ਜਿੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਲੋਕਾਂ ਦਾ ਤੰਤਾ ਲੱਗਿਆ ਰਹਿੰਦਾ ਇਸ ਦਫ਼ਤਰ ਨੂੰ ਬੱਦੂ ਤੇ ਬਦਨਾਮ ਕਰਨ ਵਾਸਤੇ ਮੈਨੂੰ ਇੱਟ ਦਾ ਜਵਾਬ ਦੋਸਤਾ ਪੱਥਰ 'ਚ ਦੇਣਾ ਆਉਂਦਾ ਅਤੇ ਤੁਸੀਂ ਥੋੜ੍ਹੇ ਦਿਨ ਰੁਕ ਜਾਓ ਇੱਟ ਦਾ ਜਵਾਬ ਪੱਥਰ 'ਚ ਦਿੱਤਾ ਜਾਊਗਾ ਇਹ ਲੋਕ ਜਿਹੜੇ ਮੇਰੇ 'ਤੇ ਦੋਸ਼ਣ ਲਾਉਣ ਲਈ ਬੀਬੀਆਂ ਦਾ ਸਹਾਰਾ ਲੈ ਰਹੇ ਆ ਉਹ ਬੀਬੀਆਂ ਤੁਹਾਡੇ ਕੈਮਰੇ 'ਤੇ ਆ ਕੇ ਨਾ ਸੱਚਾਈ ਬਿਆਨ ਕਰਨ ਮੈਨੂੰ ਨੀਵੀਂ ਜਗ੍ਹਾ ਬਿਠਾ ਦਿਓ ਕਿੰਨੇ ਮਹੀਨੇ ਹੋ ਗਏ ਮਹੀਨੇ ਕਿੰਨੇ ਹੋ ਗਏ ਮੇਰਾ ਖਿਆਲ 6-7 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ 6-7 ਮਹੀਨਿਆਂ 'ਚ ਉਹਨਾਂ ਕੋਲ ਪੈਸਿਆਂ ਵਾਲਾ ਟੱਚੀ ਕੇਸ ਪਹੁੰਚਿਆ ਹੀ ਨਾ ਜੇ ਪੈਸੇ ਦੋਸਤਾਂ ਦੇਣੇ ਹੁੰਦੇ ਤਾਂ ਪਹਿਲਾਂ ਹੀ ਇਹਨਾਂ ਦੀਆਂ ਡਿਮਾਂਡਾਂ ਮੈਂ ਪੂਰੀਆਂ ਕਰ ਦਿੰਦਾ ਮੈਂ ਪੈਸੇ ਦੇਣ ਵਾਲਿਆਂ 'ਚੋਂ ਨਹੀਂ ਕਿਉਂਕਿ ਮੈਂ ਪਾਕ ਸਾਫ ਸੱਚਾ ਇੱਕ ਦਵਾਨੀ ਨਹੀਂ ਦੇਵਾਂਗਾ ਮਾਰੀ ਹੋਈ ਇੱਟ ਦਾ ਜਵਾਬ ਮੈਨੂੰ ਪੱਥਰ 'ਚ ਦੇਣਾ ਆਉਂਦਾ ਕਿੱਦਾਂ ਦਿੱਤਾ ਜਾਂਦਾ ਉਹ ਤੁਹਾਨੂੰ ਦੇ ਕੇ ਸੱਚਾਈ ਤੁਹਾਡੇ ਸਾਹਮਣੇ ਲਿਆ ਕੇ ਦਿਖਾਵਾਂਗੇ ਇੱਥੇ ਹੀ ਬਸ ਨਹੀਂ ਬੈਂਸ ਨੇ ਬਾਦਲਾਂ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਅਕਾਲੀ ਪਹਿਲਾਂ ਵੀ ਪੰਜਾਬ ਨੂੰ ਲੁੱਟ ਕੇ ਖਾ ਗਏ ਅਤੇ ਹੁਣ ਦੁਬਾਰਾ ਫਿਰ ਪੰਜਾਬ ਨੂੰ ਲੁੱਟਣ ਲਈ ਭੋਲੇ ਭਾਲੇ ਲੋਕਾਂ ਨੂੰ ਆਪਣੇ ਵੱਡੇ ਅਤੇ ਖੋਖਲੇ ਵਾਅਦਿਆਂ ਨਾਲ ਭਰਮਾ ਰਹੇ ਨੇ ਇੱਥੇ ਇਹ ਗੱਲ ਵੀ ਦੇਖਣ ਨੂੰ ਮਿਲੀ ਕਿ ਪਿਛਲੇ ਕੁਝ ਦਿਨ ਪਹਿਲਾਂ ਸੰਸਦ ਦੇ ਬਾਹਰ ਬੀਬਾ ਬਾਦਲ ਅਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਦੀ ਬਹਿਸ ਨੂੰ ਲੈ ਕੇ ਬੋਲਦੇ ਹੋਏ ਬਹਿਸ ਅਕਾਲੀਆਂ ਨੂੰ ਭੰਡ ਤੇ ਅਤੇ ਕਾਂਗਰਸੀਆਂ ਦੀ ਤਾਰੀਫ ਕਰਦੇ ਦਿਖਾਈ ਦਿੱਤੇ ਅਸੀਂ ਸਵਾਗਤ ਕਰਦੇ ਹਾਂ ਇਸ ਗੱਲ ਦਾ ਪਰ 2017 ਦੇ ਵਿੱਚ ਕੀਤੇ ਹੋਏ ਇਸੇ ਪਾਰਟੀ ਵੱਲੋਂ ਵਾਅਦੇ ਕਿ ਅਸੀਂ 5 ਰੁਪਈਏ ਯੂਨਿਟ ਬਿਜਲੀ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇੰਡਸਟਰੀ ਨੂੰ ਅਤੇ ਅੱਜ ਬਿਜਲੀ 10 ਰੁਪਈਏ ਦੇ ਕਰੀਬ ਇੰਡਸਟਰੀ ਨੂੰ ਮਿਲ ਰਹੀ ਹੈ ਅਤੇ 8 ਰੁਪਈਏ ਦੇ ਕਰੀਬ ਜਿਹੜਾ ਉਹ ਘਰੇਲੂ ਸਲੈਬ ਪ੍ਰਤੀ ਯੂਨਿਟ ਹੈਗਾ ਸੋ ਹੁਣ ਵੋਟਾਂ ਆ ਗਈਆਂ ਝਾੜੂ ਵਾਲੇ ਆਪਣਾ ਰਾਗ ਲਾਪ ਰਹੇ ਆ ਕਾਂਗਰਸ ਵਾਲੇ ਆਪਣਾ ਸੁਖਬੀਰ ਬਾਦਲ ਜਿਨ੍ਹਾਂ ਨੇ ਸੱਤਿਆਨਾਸ਼ ਕੀਤਾ ਪੰਜਾਬ ਦਾ
एंड उन्होंने हुण तक दी सब तो वड्डी गप रोड़ दित्ती। सो ये गप्पां मारन दा जिहड़ा पंजाब दे लोकां नाल तजर्बा, कांटकी हांडी एक बार चढ़ती है बार बार नहीं। तुसीं सोचो भी 2017 दे विच गप्पां मार के सरकार बना ली ते दुबारा फिर सारियां पार्टियां सोचण भी वड्डे वड्डे गप रोड़ दईए। असी 3 लाख करोड़ रुपये दे करजाइयां पंजाब दे लोक, 20,000 करोड़ रुपया असी हर साल ब्याज दे मूँह दे विच भरदे हाँ। हाउ कैन इट पॉसीबल कि तुसी सारा कुछ फ्री करदे तुरे जाओ। सो ये गप्पां सिर्फ ते सिर्फ लोगों दीआं वोटां बटोरन तो अलावा कुछ नहीं हैगा, पर पंजाब दे लोक इन्हां गप्पां दे विच कदे नहीं आउणगे। नवजोत सिंह सिद्धू के बारे कह रहे हैं विरोधी के जिहड़े मुद्दों नूं लैके प्रधानगी तो पहला लगातार मुद्दे चक रहे सीगे, नशे का मुद्दा, रेत माफिया का मुद्दा या दूजे माफिया के मुद्दे, हुण प्रधानगी मिलन तो बाद जिहड़े लोगों के वड्डे इल्जाम खुद कांग्रेस के नुमाइंदियां वल्लों लगाए जाते सीगे उन्हां नूं जाके घर घर थापी दे रहे हैं, टिकटां उन्हां दीआं पक्कियां कीतियां जा रहियां, दोहरा फेस जिहड़ा है नवजोत सिंह सिद्धू दा सामने आया। नवजोत सिंह सिद्धू नूं प्रधान बनिया हजे थोड़ा समा होया, उन्हां नूं कम करन दा टाइम तां दिओ, परिवार के ब्याह रख्या होवे उहदियां तैयारियां वास्ते समा लग जांदा, चाहे छोटी गैदरिंग करनी होवे। सो चंद दिन होए हजे प्रधान बनिया नूं, मेरा ख्याल है उन्होंने अपनी पार्टी के सारे अहुदेदारां नूं ते चुने हुए नुमाइंदियां नूं नहीं मिलिया होना। सो इट विल टेक सम टाइम, पर मैं एक गल जरूर कहूँगा कि नवजोत सिद्धू ने जिहड़ियां गल्लां कहियां ने जे पूरियां ना कीतियां ते पंजाब दे लोक कदे भी सरदार नवजोत सिंह सिद्धू नूं माफ़ नहीं करनगे। कहिंदे मदन लाल जलालपुर दे कल घर गए ने, उन्हों थापी दे के आए ने, तो उन्होंने हल्के दे 100 पिंडां दे लोगों ने कांग्रसियों ने कहा से कि ये जिहड़े हैगा शराब माफिया दे विच इन्हां दा सीधा हाथ है, तो जबकि दूजे पासे सिद्धू जाके उन्होंने घर उन्होंने टिकटां पक्कियां ते थापियां दे रहे हैं। सो मैं उही तुहानूं गल पहलां तुहाडे सवाल का जवाब दे के हटिया, चाहे मदन लाल जलालपुर है गया ते चाहे कोई होर लोगों का चुनिया होया नुमाइंदा जां किसी पोलीटिकल पार्टी का कोई लीडर आ, जिहड़ा कोई गैर कानूनी काम करता, जिहड़ा लुट माफी दे विच स्टेट का सत्यानाश कर रहा, रेवन्यू चोरी कर रहा, उहदे बरखिलाफ सख्त कार्रवाई होनी चाहिए है। पर नवजोत सिद्धू हजे चंद दिन पहला प्रधान बने आ, उन्हां नूं थोड़ा समा दे दईए, पर जे वह अपनियां कीतियां गल्लां ते वादियां दे उत्ते खरे ना उतरे ते पंजाब दे लोक दुध दा सड़िया ते लस्सी नूं फूका मारदा कदे भी माफ़ नहीं करनगे। उन्हां देखो अकाली दल वाले अपने बचा दे विच कुछ कह लैन कीता दा बिट्टू होरां ने सही होवे काम, पर थोड़ा जिहा अधूरा छड्ड गए वह काम, वह कल्ला खेती सुधार कानूनां दे उत्ते ही केंद्रित रह गए। उन्हां नूं देश पद्धरी प्रैस सी, उत्थे देश दी प्रैस नूं दसना चाहीदा सी जिहड़े बिट्टू जी गल्लां छड्ड गए। मैं तुहानूं वह गल्लां दसण लग्गिया, वो गल्लां जरूर देश की प्रैस में रखनिया चाहीदियां सी, भाई ये उस टब्बर की सत्कारयोग साडी भैण आ जिहड़े टब्बर दे विच्चों एक बंदे ने पंजाब दे अंदर चिट्टे की गंदगी का बूटा लाया, ये उस टब्बर की धी हैगी जिन्हें पंजाब दे विच रेता ते बजरी चोरी करन की शुरुआत की है, ये उस टब्बर की धी है जिन्हें गुरु ग्रंथ साहब का अपमान अंग अंग रूढ़िया अपनी कुर्सी नूं बचाउण वास्ते रोल दिता, ये उस टब्बर की धी है जिन्हें सरकारी पसेंजर साडियां रोडवेज दीआं ते पैप्सू दीआं बसां दा सत्यानाश बेड़ा गर्क करके हज़ारां बसां अपने घर दीआं पा लईआं, ये दसण की जरूरत सीगी बिट्टू जी नूं, पर जिन्ना उन्होंने किया वो चंगा हैगा। इन्हां दा चेहरा बेनकाब होना चाहिए क्योंकि उदों केंद्रीय मंत्री मंडल दे विच बीबा हरसिमरत कौर बादल खुद बैठे सन जदों ऑर्डीनेंस दे उत्ते साइन किए आ, उस तो बाद सरदार प्रकाश सिंह बादल, सरदार सुखबीर सिंह बादल, बीबा हरसिमरत कौर बादल दे अनेक मीडिया स्टेटमेंट्स जिथे वो कह रहे कि ये किसान जथेबंदियां ते दूसरियां पोलीटिकल पार्टियां किसानां नूं बेवकूफ़ बना रहे आ, ये खेती सुधार बिल जिहड़े बन जा रहे बिल्कुल दुरुस्त हैगे आ, ये किसानां दे हित दे विच आ। सो गल्लां दा बिट्टू जी ने चंगियां कीतियां पर जिहड़ियां कमियां छड्ड गए, मैं उन्होंने कहूँगा कितने दोबारा पार्लियामेंट के सामना हो जाए तो इस टब्बर दियाँ वो गल्लां जिन्ह ने पंजाब नूं कंगाल किया, मावां दे पुत मारे आ चिट्टा बेच बेच के, वो गल्लां देश की प्रेस नूं लाजमी दसण। लुधियाणा तो प्रदीप भंडारी, इंडोज़ टीवी, आस्ट्रेलिया।